बस अल्लाह को नी दुआ मेरे वालदैन की हयाती करे उन्होंने एक बार बस मिलना चाहिए मैच प्ले करो <laughs> तू रुला <रहे> मुझे <laughs> मैं अल्लाह से बस उनकी हयाती मांगती हूँ मैं उनसे मिलना चाहती हूँ बस कैसे भी करके मुझसे मिलना चाहती हूँ बस जा वापस टिकट लगा देने नहीं 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 ना हो सकता ना यूनिवर्सिटी जो है ना यूनिवर्सिटी वो अलाउ नहीं करती मुझे शान भाई आपको बोल रहे आई लव यू आई लव यू टू पता शान कौन है कौन है ये मेरी खो, मेरे मेरे खौफ के भाई हैं ओके okay. ठीक है बाकी काले ਅੱਲਾ ਤੇਰੀ ਹਾਇਤੀ ਕਰੇ ਤੂੰ ਜੋ ਮੰਗੇਗਾ ਅੱਲਾ ਤੈਨੂੰ ਦੇਗਾ ਬਸ ਸਬਰ ਰੱਖ ਹਾਏ ਵੇ ਲੱਲੋ ਕਿਤਨੀ ਚੁੰਮੀਆਂ ਸੈਂਡ ਕਰਦੇ ਆ ਸਰਿਆਂ ਚੁੰਮਕਿੰਨੇ ਮਾਰੀਏ ਖੌਫ ਪੁੱਛ ਕਿੰਨੇ ਮਾਰੀਏ ਪੁੱਛ ਧਰਨ ਪੁੱਛ ਰਿਹਾ ਮੈਂ ਖੌਫ ਨਹੀਂ ਹਾਏ ਕੋਫ ਕੋਨਾ ਪਤਾ ਨਹੀਂ 10 ਡਾਕੂ ਧੋ ਬਣਿਆ ਨੋ ਨਹੀਂ ਇਹ ਮੇਰਾ ਭਰਾ ਹੈ ਸ਼ਾਨ I don't know. लोग नीचे आपके लोग लिख रहे हैं कि बहुत सी लड़कियां देखी है तो लोग जब मुझे दुपट्टे में देखते हैं ना तो तुम कहां से हो मैं कहती हूँ कि मैं लंदन से हूं तो पता आगे से मुझे क्या कहते हैं मुझे आगे से पता क्या कहते हैं तू तो लगता है किसे पिंड क्या लाला मैं पिंड दी लेकिन मेरा कल्चर है दुपट्टा ला रखना माशाल्लाह काले न माशाल्लाह बोलो ना नजर लग जाएगी उन अल्लाह खैर करे हां शान शान तुम्हारा भाई है हां मेरा भाई है ओके ओके बिग रिस्पेक्ट चुम्मी करके गए हैं आपको यस yes. ये मेरे भाई हैं मुझे इन्होंने कभी किस नहीं की यकीन करो मुझे जब भी मारते हैं फूल मारते हैं फूल अच्छी बात है।, है या जो मैंने तुम्हें गिफ्टिंग नहीं की थी वो वो जो था वो वो क्या यार उसका पैराडाइज नहीं ताज है। नहीं ताज नहीं था वो पैराडाइज था वो हाँ 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 वही वही हाँ तो ये मुझे वो गिफ्टिंग करते हैं गन मारते हैं ये अच्छा एक मिनट मुझे ये बात बता <coughs> तू तो लंदन में कितनी देर रहेगी अभी कुछ नहीं कह सकती जब तक सांसें चल रही हैं शायद तब तक कश्तियां जला के आई हूं मैं पीछे की और बताओ इधर <laughs> तक कश्तियां उड़ी जला के आई बैठी मैदान दे हाँ मिनका है तुम भी बहुत प्यारे हो सलामत रहो तुम बहुत दिल के अच्छे हो अल्लाह ने तुम्हें बड़ी इज्जत दे रही है ਖੁਦਾ ਗਵਾਹ ਤਮੇ ਅੱਲਾ ਨੇ ਬਹੁਤ ਇੱਜ਼ਤ ਦੇਣੀ ਆ ਗਿਆ ਹੈ ਹਾਂਜੀ ਨਹੀਂ ਮੈਂ ਤੇਨਾਂ ਗੱਲ ਕਰ ਰਿਹਾ ਸੀ ਵੀ ਜਿਸ ਟਾਈਮ ਕੁੜੀਆਂ ਤੁਹਾਡੇ ਜਿਵੇਂ ਹੁਣ ਮਸਲੇ ਨੇ ਤੂੰ ਹੈ ਨਾ ਕੋਈ ਸੋਹਣੀ ਕੁੜੀ ਸਾਡੇ ਰੰਗੇ ਮੁੰਡੇ ਨੂੰ ਆ ਕੇ ਆਖੇ ਨਾ ਵੀ ਤੂੰ ਦਿਲ ਦਾ ਬਹੁਤ ਅੱਛਾ ਹੈ ਚੰਗੀ ਫੀਲਿੰਗ ਨਾਲ ਠੀਕ ਹੈ ਉਸ ਤੋਂ ਬਾਅਦ ਸਾਡੇ ਰੰਗੇ ਬੰਦੇ ਨੂੰ ਦੋ ਦਿਨ ਨੀਂਦਰ ਨਹੀਂ ਆਉਂਦੀ ਤਾਂ ਮੈਂ ਇੱਕ ਬਾਤ ਬਤਾਉਂ ਤੁਹਾਡੀ ਆਵਾਜ਼ ਪਤਾ ਕਿ ਐਸੀ ਹੈ <laughs> पतलू जैसी ना ना है ना कर अल्लाह की कसम तुम्हारी आवाज पतलू जैसी है बाकी हुन मैं ओदी लाइव करा गा जो तू लाइव आएगा जी भाई मेरी जान जी भाई बोले शान भाई बोले ਨਹੀਂ ਤੂੰ ਮੇਰੇ ਨਾਲ ਲਾਈਵ ਕਿਉਂ ਮੇਰੀ ਤੂੰ 4 ਦਿਨ 5 ਦਿਨ ਮੇਰੇ ਨਾਲ ਲਾਈਵ ਆ ਗਈ ਤੇ ਉਸ ਤੋਂ ਬਾਅਦ ਤੂੰ ਆਪਣੀ ਜ਼ਿੰਦਗੀ ਜਿਣੀ ਤੇ ਬਾਅਦ ਚ ਮੈਨੂੰ ਕੌਣ ਬਚਾਵੇਗਾ ਭਾਈ ਤੂੰ ਮੇਰੇ ਬਲੌਗ ਮਾਰ ਦੋ ਨਹੀਂ ਹੋਣਾ ਇੰਜ ਨਹੀਂ ਹੋ ਸਕਦਾ ਦੇਖ ਪੂਰੀ ਦੁਨੀਆ ਦੇ ਸਾਹਮਣੇ ਨਾ ਮੈਂ ਉਹ ਲੜਕੀ ਗਰੀਬੋਂ ਕੇ ਖਿਆਲ ਰੱਖਤਾ ਹੈ ਉਸਕਾ ਲਾਪਾ ਕبھی مایوس ਅਲhamdulillah ਰੱਬੁਲ ਆਲਮੀਨ मैं जब से जवान हुई हूँ ना मेरा बड़ा नुकसान हुआ है ना बड़ा ही नुकसान हुआ है मैंने आज तक अल्लाह से ये नहीं कहा कि ऐसे नहीं ऐसे होना चाहिए मैंने हर हाल में अल्लाह का शुक्र अदा किया सारा कुछ आप नखरे नुखरे करके सब कुछ करके तो बाद पूछती काले तेन की है ਬੋਤੀ ਲਾ ਮੇਂ ਗਾਸਾਂ ਨੇ ਮਪਤੁਰਨਾ ਮੈਚ ਲਾਇਆ ਨਾ ਮੈਨੂੰ ਸਾਰੇ ਨਾ ਸਾਰੇ ਮੈਨੂੰ ਆ ਕੇ ਕਹਿੰਦੇ ਤੇਰੀ ਪਤੁਰਨਾ ਜੋੜੀ ਬੜੀ ਸੋਹਣੀ ਲੱਗਨੀ ਤੇਰੀ ਪਤੁਰਨਾ ਬੜੀ ਸੋਹਣੀ ਮੈਂ ਕਿਹਾ ਰੱਬ ਦਾ ਨਾ ਜੀ ਆ ਵੇਖੋ ਮੇਰੇ ਹੱਥਾਂ ਵਾਂ ਮੈਂ ਜਿੱਥੇ ਹਾਂ ਨਾ ਮੈਨੂੰ ਉੱਥੇ ਹੀ ਰਹਿਣ ਮੰਨਿਆ ਕਿ ਅਸੀਂ ਕਵੀਨ ਨਹੀਂ ਆ ਅਸੀਂ ਰੀਅਲ ਵਾਲੇ ਕਵੀਨ ਨਹੀਂ ਆ ਲੇਕਿਨ ਖੁਦਾ ਜਾਣਦਾ ਖੁਦਾ ਜਾਣਦਾ ਅਸੀਂ ਸਭ ਕੀਤਾ ਲੇਕਿਨ ਕਿਸੇ ਦਾ ਦਿਲ ਨਹੀਂ ਤੋੜਿਆ ਕਿਸੇ ਨੂੰ ਤਕਲੀਫ ਨਹੀਂ ਦਿੱਤੀ ਕਿਸੇ ਨੇ ਸਾਡੇ ਨਾਲ ਕਾਰ ਵੀ ਦਿੱਤੀ ਆ ਨਾ ਤੇ ਕੋਸ਼ਿਸ਼ ਕੀਤੀ ਹੈ ਕਿ ਉਦੋਂ ਲੋ ਹੋ ਜੇ ਸਾਡੇ ਵੱਲੋਂ ਨਾ ਹੋਵੇ ਕੀ ਖਿਆਲ ਹੈ ਇਹ ਤੂੰ ਲੰਡਨ ਕਿਵੇਂ ਗਈ ਸੀ ਵੀਜ਼ਾ ਲੈ ਕੇ ਸਟੱਡੀ ਵੀਜ਼ੇ ਤੇ ਸਟੱਡੀ ਵੀਜ਼ੇ ਤਾਂ ਮੈਂ ਮੈਂ ਤਕਰੀਬਨ 1 ਸਾਲ ਆਇਆ ਆਪਣੇ ਅਬੂ ਜੀ ਨੂੰ ਮਨਾਉਂਦੇ ਆ 1 ਸਾਲ 1 ਸਾਲ ਆਇਆ ਮੈਂ ਆਪਣੇ ਬੂ ਜੀ ਨੂੰ ਮਨਾਉਂਦੇ ਮੇਰੇ ਅਬੂ ਜੀ ਕਹਿੰਦੇ ਸੀ ਕੁੜੀਆਂ ਜਿਹੜੀਆਂ ਨੇ ਨਾ ਖਰਾਬ ਹੋ ਜਾਂਦੀਆਂ ਮਨੇ ਆਪਣੇ ਮੈਂ ਆਪਣੇ ਬੁੰਨਵਾਸੀ ਨਹੀਂ ਕਿ ਆਪੂ ਜੀ ਜੇ ਮੈਂ ਯੂਨੀਵਰਸਿਟੀ ਜਾ ਕੇ ਖਰਾਬ ਨਹੀਂ ਨਾ ਹੋਈ ਤੇ ਮੈਂ ਯੂਕੇ ਜਾ ਕੇ ਵੀ ਨਹੀਂ ਖਰਾਬ ਹੁੰਦੀ ਤੁਹਾਡਾ ਜਿੱਥੇ ਦਿਲ ਕਰੇ ਕਵੀਨ ਦਾ ਵਿਆਹ ਕਰ ਦਿਓ ਹੋਰ ਦੱਸੋ ਬਾਅਦ ਵਿੱਚ ਮੈਂ ਕੱਲ ਦੱਸਾਂ ਹਾਂ ਤੇਰੀ ਜਿੰਨੇ ਨਾਲ ਸ਼ਾਦੀ ਹੋਣੀ ਨਾ ਜੇ ਕੋ ਬੰਦੇ ਦਾ ਪੁੱਤਰ ਹੋਇਆ ਨਾ ਤੇ ਉਹਨਾ ਬੜਾ ਨਸੀਬ ਵਾਲੀ ਹਾਏ ਅੱਲਾ ਲਾ ਚਲ ਕਾਲੇ ਬਸ ਕਰ ਦੇ ਹੋ ਨਾ ਹੈ ਕੰਮ 30 ਹੀ ਹੋਇਆ ਇੱਥੇ 30 ਤੇ ਤਾਂ ਕੰਮ ਇਧਰ ਹੋਇਆ ਪਿਆ ਬਾਕੀ ਸਾਡੇ ਨਸੀਬਾਂ 'ਚ ਤਾਂ ਕੋਈ ਗੱਲ ਨਹੀਂ ਧੂੜ ਮਿੱਟੀ ਕਟਾਈ ਏ ਅੱਲਾ ਨਸੀਬ ਤੇਰੇ ਚੰਗੇ ਕਰੇ ਅੱਲਾ ਤੇ ਆ ਬਸ ਠੀਕ ਹੈ ਸਾਡੇ ਲੰਘਣ ਦੁਆ ਦੇ ਆ ਕਰੋ ਥੈਂਕ ਯੂ ਗਿਜ਼ਲਾ ਸਾਨੂੰ ਦੁਆ ਹੀ ਬਚਣੀ ਹੈ ਸਾਰੀਆਂ ਦੁਆ ਦੇ ਕੇ ਜਾਂਦੀਆਂ ਨੇ ਅਸਾ ਦੁਆਵਾਂ ਦੇ ਮਥਾਜ ਰਹਿ ਜਾਣਾ ਇੱਕ ਢੰਗ ਸਾਦੇ ਇਵੇਂ ਹੀ ਜਾਣਾ ਸਾਡੇ ਚਾਰਾਂ ਚਾਰ ਬੇਲੀ ਲੈ ਕੇ ਜਾਣ ਦੇ ਬਸ 11 베ਰੀਆਂ ਲੈ ਜਾਣਾ ਚੁੱਕ ਕੇ ਮੁੱਢਿਆਂ ਤੇ ਚਲੋ ਕਾਲਾ ਜੀ ਚਲੀ ਅੱਜ ਤਾਂ ਮੁਕਰਰਾ ਹੋ ਗਿਆ ਖਤਮ ਐਸੇ ਨਹੀਂ ਬੋਲੋ ਪੂਰੀ ਬਾਤ ਨਾ ਨਾ ਗੱਲ ਮੈਂ ਸਹੀ ਕਰ ਰਿਹਾ ਮੇਰੀ ਸਾਰੀ ਵਾਮ ਨੂੰ ਪਤਾ ਰੋਜ਼ ਮੇਰੇ ਨਾਲ ਐਵੇਂ ਹੁੰਦਾ ਤੈਨ ਮੈਂ ਇੱਕ ਗੱਲ ਦੱਸਾਂ ਮੇਰੇ ਵਾਸਤੇ ਕੋਈ ਬਣੀ ਹੀ ਨਹੀਂ ਖਤਮ ਮੈਂ ਕੁ ਮਹੀਨਾ ਡੇਢ ਹੋਰ ਤرائی ਟਰਾਈ ਕਰਨੀ ਨਾ ਕੁ ਮਿਲੀ ਤੇ ਆਮ ਮਸ਼ਯਦ ਅੱਲਾ ਅੱਲਾ ਖੈਰ ਸੱਲਾ ਤੂੰ ਸ਼ਾਦੀ ਕਰਨੀ ਆ ਹਾਂ ਕਿਹਦੇ ਨਾਲ ਕਰਨੀ ਆ ਕੁ ਲੱਭੇ ਤੇ ਕਰਨੀ ਹੋਰ ਠੀਕ ਹੈ ਇਨਸ਼ਾਅੱਲਾ ਚਲੋ ਬਈ ਸਾਰੇ ਮਿਲ ਕੇ ਕਾਲੇਲੀ ਕੁੜੀ ਲੱਭੋ ਮੈਂ ਲੱਭਦੀ ਕਾਲੇਲੀ ਕੁੜੀ ਇਹ ਜੇ ਲੋਕਾਂ ਨੇ ਬੜੇ ਵਾਅਦੇ ਕੀਤੇ ਨੇ ਪਰ ਤੂੰ ਕੁਈਨ ਪਾਕਿਸਤਾਨ ਨੂੰ ਜਾਣਦਾ ਹੀ ਨਹੀਂ ਆ ਫਿਰ ਜਾ ਹਮ ਦਿੱਤੇ ਆਂ ਜਾਵੇ ਸੁਈਆਰ ਜਾਵੇ ਗਾਣਾ ਲਾ ਸਜਣਾ ਦਾ ਮਾਨਵ ਦੇਂਦਿਆਂ ਅਸਾ ਲੋਕ ਸਿਰ ਫਰੇਆ ਜਿੱਥੇ ਲਾਈਏ ਪੱਕੀਆਂ ਲਾਂਦਿਆਂ ਯਾਰ ਮੈਂ ਨਹੀਂ ਰੋ ਰਹੀ ਮੇਰੇ ਫੋਲੋਅਰਸ ਕਹ ਰਹੀਏ ਰੋ ਰਹੀ ਹੈ ਪਤਾ ਮੈਂ ਆਪਣੀ ਜਬ ਰੋਡ ਆਨ ਕਰਦੀ ਸੀ ਮੈਂ ਰੋਡ ਪੇ ਆ ਕੇ ਨਾ Eid ਵਾਲੇ ਦਿਨ ਕੀ ਬਾਤ ਬਤਾਤੀ ਮੇਰੀ ਅਮਾ ਨੇ ਕਾਲ ਕੀ ਮuje ਤੁਮ ਬੋ ਰਹੀ ਹੋ ਕੌਣ ਤੁਮ ਨਹੀਂ ਮੈਂ ਯੂ ਕੇਸੀ ਹੋਂ ਮੇ ਦਾ ਮੈਂ ਬਸ ਤੈਨੂੰ ਵੇਖ ਰਿਹਾ ਔਰ ਤੇਰੀਆਂ ਗੱਲਾਂ ਸੁਣ ਰਿਹਾ ਬਸ ਕਾਲੂ ਹੈ ਕਾਲੀ ਹੈ ਉਹ ਦੇ ਲੋਕ ਕਿਤ ਲਾਈਕ ਆਤੇ ਕਾਲੂ ਤੇ ਕਾਲੀ ਲੈ ਲਾ ਸਾ ਤੂੰ ਅੱਛਾ ਤੇ ਅਮਾ ਨੇ ਫੋਨ ਕੀਤਾ ਪੰਜਾਬੀ ਚ ਦੱਸਦੇ ਆ ਪੰਜਾਬੀ ਤੇ ਫਿਰ ਪੰਜਾਬੀ ਆ ਨਾ ਅਸੀਂ ਲੇਕਿਨ ਜਿਹੜੀ ਤੂੰ ਲੈਂਗੁਏਜ ਬੋਲਦਾ ਨੇ ਮੈਨੂੰ ਉਹ ਇੰਨੀ ਸਮਝ ਨਹੀਂ ਆਂਦੀ ਪਰ ਮੈਂ ਬੋਲਣਾ ਸਾਡੀ ਸਮਝ ਕਿਸੇ ਨੂੰ ਨਹੀਂ ਆਉਂਦੀ ਅੱਜ ਤੱਕ ਮੇਰੀ ਤੇ ਉਸਤਾਦ ਦੀ ਦੋਂਦੀ ਹੂੰ डबल टैप करो ना सारे कमेंट से जोर ना ना पाओ डबल टैप करो सारे अम्मा ने फोन किया मैनू हाँ जी अस्सलाम वालेकुम वालेकुम अस्सलाम जी अम्मी कैसी हैं आप ठीक है हाँ जी मैं ठीक क्या खाया अच्छा, मेरे अच्छा, बेटे ने अच्छा मैं सारी औलाद में से ना मैं हाँ, बहुत ही खुशकिस्मत हूँ कि पहली कुर्बानियाँ होती थी, थी मेरी अम्मी और अब्बा के नाम की थी, ठीक है ये पहली थी कि मेरे नाम की कुर्बानी दी गई है बोलो सुभान अल्लाह सुभान अल्लाह सुभान अल्लाह अच्छा दूसरी बात कि मम्मी जी ने पूछा मुझसे कि खाना क्या खाया मैंने कहा आलू वंगन अच्छा ह <laughs> अम्मी कहती है कि यहाँ पे होती थी ना तुम पूरे घर में तुमने ना फतूर फतूर उठाया था, था। यू नो फूर अच्छा। फतूर मेरे कपड़े किधर है मेरे जूते किधर है ये किधर है वो किधर है ईद पे कौन से कपड़े पहने हैं पुराने वाले ਚੱਲ ਤੇਰੇ ਆਂਸੂ ਬੜੇ ਕੀਮਤੀ ਨੇ ਨਾ ਰੋਇਆ ਕਰ ਅਜੇ ਮੰਜ਼ਲ ਬੜੀ ਵੱਡੀ ਏ ਸਭ ਕੁਝ ਕਸ਼ਤੀਆਂ ਜਲਾ ਕੇ ਆਈਏ ਤੇ ਮੰਜ਼ਲ ਬੜੀ ਵੱਡੀ ਏ ਦਿਲ ਪੱਥਰ ਕਰੇ ਸਭ ਕੁਝ ਇੰਜ ਹੀ ਹੋਣਾ ਜਦੋਂ ਪੱਥਰ ਬਣ ਦਿਲ ਪੱਥਰ ਕਰੇਗੇ ਤੇ ਐ ਜਜ਼ਬਾਤ ਮਾਰ ਦੇ ਆਪਣੇ ਤੋਂ ਕੀਦਰੀ ਹੋ ਬਰੋਕੀ ਮੈਂ ਸੁਣ ਰਹੀ ਹਾਂ ਦੇਖ ਰਹੀ ਹਾਂ ਯਾਰ ਮੈਂ ਕਮੈਂਟ ਪੜ ਰਹੀ ਹਾਂ ਮੇਰੀ ਉਹ ਗਲਾਸਿਸ ਨਹੀਂ ਮਿਲੀ ਨਾ ਲੈਂਜ਼ਿਸ ਆਏ ਮੈਂ ਕੀ ਕਰਤੀ ਆਜ ਨਾ ਖੈਰ ਕਾਲੇ ਕਿ ਮੈਂ ਉਹ ਕੁੜੀ ਸੀ ਕਿ ਜਿਹੜੀ ਆਪਣੇ ਘਰ ਦੀ ਰੌਣਕ ਸੀ ਲੇਕਿਨ ਹੁਣ ਯੂਕੇ ਦੀ ਲੋਣੀ ਕਾ ਪਰਦੇਸ ਮੇਂ ਉਹ ਉੱਥਾ ਰਹਤਾ ਹਲਾ ਹਲਾ ਠੀਕ ਹੈ ਹਲਾ ਮੰਨ ਗਏਂ ਪਰਦੇਸ ਬੜੀ ਕੁੱਤੀ ਜੀ ਜੀ ਦਾ ਬਾਕੀ ਅੱਲਾ ਪਲਾ ਕਰੇ ਸਾਰਿਆਂ ਦਾ ਕੀ ਖਿਆਲ ਕਾ ਲਿਆ ਰਾ ਕਾਲੇ ਵਿੱਚ ਬਿਠਾ ਦੇ ਬੈਠਾ ਹੈ ਤੂੰ ਮੇਰੇ ਨਾਲ ਅੱਜ ਕਵੀਨ ਪਾਕਿਸਤਾਨਾ ਮੋਂ ਮੈਚ ਪਲੇ ਕਰਦਾ ਤੂੰ ਦੋਵੇਂ ਸੈੱਡ ਕਰ ਦਿੱਤਾ ਰੋ ਕੇ ਖੁਦ ਕਰ ਲੋ ਬਣ ਜਾਏਗਾ ਇਹ ਵੀ ਵਕਤ ਹਾਈ 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 ਬਸ ਤੈ ਚਾਹੀਦਾ ਇੱਕਲਾ ਮੈਨੂੰ ਇੰਜ ਦਾ ਬੰਦਾ ਦੇਵੇ ਮੇਰੀ ਰਿਸਪੈਕਟ ਕਰੇ ਆ ਅਸੀਂ ਕਰਨ ਦੇ ਤਿਆਰ ਅਸੀਂ ਬੰਦੇ ਹੀ ਆਵੇਂਦੇ ਆ ਠੀਕ ਹੈ ਬੱਟ ਗੱਲ ਸੁਣ ਅਸੀਂ ਤੁਆ ਗੱਲ ਕਰ ਰਹੇ ਆ ਵੀ ਯਾਰ ਅੱਲਾ ਸਾਨੂੰ ਕੋ ਦੇ ਅਸੀਂ ਕਪੜੇ ਵੀ ਧੋ ਕੇ ਧਿਆਨ ਦੇ ਉਹ ਬੱਲੇ ਵਿੱਚ ਮਦਾਨ ਦੀ ਗੱਲ ਲੈਣਾ ਬਰ ਅਸਾ ਸਾਰਾ ਕੁਝ ਕਰਨ ਨੂੰ ਤਿਆਰ ਆ ਸਾਨੂੰ ਕੋ ਨਹੀਂ ਲੱਭਣਾ ਕੋ ਮੁੰਡਰ ਬੀ ਬਰੇਵ एवरीवन थैंक यू ਸੋ ਮਚ ਯੂ ਆ ਕਮਿੰਗ ਮਾਈ ਬਰਾਡ ਆਈ ਅਪਰੀਸ਼ੀਏਟ ਦਾ ਓਕੇ ਵੀ ਲਵ ਯੂ ਲੈ ਵੇਖ ਹੈਣ ਮੈਂ ਇਹਨਾਂ ਨਾਲ ਗੱਲ ਕੀਤੀ ਵੀ ਅਸੀਂ ਕੱਪੜੇ ਧੋ ਕੇ ਦਿਆਂ ਦੇ ਸਾਰਾ ਕੋਈ ਕਰਾ ਦੇ ਤੇ ਅਗਲੇ ਬੰਦੇ ਨੂੰ ਆਖਣ ਲੱਪੇ ਜੇ ਯਾਨੀ ਸਾਡੀ ਗੱਲ ਦੀ ਕੋਈ ਕਦਰ ਔਕਾਤ ਨਹੀਂ ਖਤਮ ਹੋ ਗਈ ਕਹਾਣੀ ਜ਼ਿੰਦਗੀ ਚੋਂ ਮੇਰੀ ਗੱਲ ਸੁਣ ਇਹ ਗੱਲ ਸੁਣ ਕਿ ਜਿਹੜਾ ਦਿਲ ਆ ਨਾ ਦਿਲ ਹਾਂ ਇਹਦੇ ਚ ਰੱਬ ਵਸਦਾ ਉਹ ਤੇਰੀ ਗੱਲ ਠੀਕ ਇਹਦੇ ਵਿੱਚ ਰੱਬ ਵਸਦਾ ਹੈ ਲੇਕਿਨ ਗੱਲ ਇਹ ਵੇ ਕਿ ਜਿਹੜਾ ਇਨਸਾਨ ਹੈ ਨਾ ਇਹ ਖਤਾ ਦਾ ਪੁੱਤਰਾ ਠੀਕ ਹੈ ਨਹੀਂ ਬੰਦੇ ਨੂੰ ਪਤਾ ਲੱਗਦਾ ਹੂੰ सागर जान मैंने आपको फॉलो कर दिया यार मुझे यार मैं आप लोगों के कमेंट पढ़ रही हूँ सबके पढ़ रही हूँ बाकी तो दास जी तो तू तू देखा मीनू यू थिंक मी अबाउट यू टेल मी जस्ट यू यूल मेला थैंक यू थैंक यू सो मच जब आपने मुझे मतलब जब आप मैं गिफ्टिंग कर रही थी आपके ऑपोजिट थी तब आपने क्या फील किया कि ये लड़की कैसी होगी चलो बताओ क्योंकि बढ़िया कवीना में देखे अक्सर कवीना आपको किसे खाते दी नहीं निकल दिया मैं क्या भी कवीन उन्होंने रंगी होनी है अच्छा फिर के ने खाते दी निकली है लेकिन बाद में तुम कहते भी मेरी सोच तो तू कितनी आगे निकली है काला ते मेरा पिया है वाह जी वाह काले तुमसे लोग बहुत मोहब्बत करते और तुम ਤੋਂ ਮੈਂ ਬਹੁਤ ਲੱਕੀ ਬੰਦੇ ਹਾਂ ਕਸਮ ਸੇ ਅੱਲਾਹ ਦੀ ਕਸਮ ਹੈ ਮੇਰੀ ਬ੍ਰੋਡ ਤੇਨੇ ਲੋਗੋਂ ਤਾਂ ਮੈਂ ਤਾਂ ਪਾਗਲ ਹੋ ਜਾ ਕਸਮੇ ਖੁਦਾ ਦੀ ਇਹਨਾਂ ਦਾ ਪਿਆਰ ਹੈ ਮੇਰੇ ਪਾਕਿਸਤਾਨੀ ਲੋਗ ਨੇ ਪੰਜਾਬ ਦੀ ਮਿੱਟੀ ਨਾਲ ਪੰਜਾਬੀ ਲੋਗ ਨੇ ਇਹ ਸਾਡੀ ਲੈਂਗੁਏਜ ਵੀ ਪੰਜਾਬੀ ਪਸੰਦ ਕਰਦੇ ਨੇ ਔਰ ਇਹ ਬੰਦੇ ਜਿਹੜੇ ਮੇਰੇ ਨਾਲ ਇਸ ਟਾਈਮ ਬੈਠੇ ਨੇ ਸਾਰੇ ਬੰਦਿਆਂ ਵਾਸਤੇ ਬਿਗ ਰਿਸਪੈਕਟ ਉਹਰੇ ਬ੍ਰੈਂਡ ਲੋਗ ਨੇ ਚੱਟੀ ਬੈਠੀ ਵਿੱਚ ਮੈਦਾਨ ਦੇ ਢਿੱਕੜੀ ਗੱਲ ਆ ਹਾਂ ਚਲ ਕੱਲੇ ਆਪਾਂ ਉਸ ਉਹਨਾਂ ਲੋਕਾਂ ਨੂੰ ਸਪੋਰਟ ਕਰਨਾ ਜਿਨ੍ਹਾਂ ਨੂੰ ਕੋਈ ਵੀ ਨਹੀਂ ਕਰਦਾ ਬਿਲਾਓ ਹੱਥ ਮੇਰੇ ਸਾਥ ਤੂੰ ਮੈਚ ਨਾ ਮੇਰੇ ਨਾਲ ਹੀ ਦੇ ਆ ਲਾ ਲਾ ਇਥੇ ਤੂੰ ਉਹਨਾਂ ਲੋਕਾਂ ਨੂੰ ਤੂੰ ਨਹੀਂ ਉਹਨਾਂ ਲੋਕਾਂ ਨੂੰ ਕੱਲ ਨੂੰ ਉਹਨਾਂ ਲੋਕਾਂ ਤੈਨੂੰ ਭੁੱਲ ਜਾਣਾ ਤੇਰੇ ਮੈਚ ਕੱਟ ਕੇ ਨਾ ਟਰ ਜਾਣੇ ਕੋਈ ਬਾਤ ਨਹੀਂ